जी पिछा सुट दे तू तो साली चौंक खलोती कमा भी देनी है बे नहीं वैसे हजे भी हरकत की नहीं ए मां ने पैप ला के दुकाना च सटे वो पीओ वे सीन करो कैसी है मैडम जी मैं ठीक तो ये ड्रामे च नहीं आ भाई है ये ना भैन भरा दी गल मुक ले हां करो गल भाई ना जी क्या हाल है अकड़ी किन्ने दी ली 2 लाख दी एक के सैल्यूट के 10 दिन उठो पंजो नहा धो लो मैडम तुसी पढ़े लिखे हो मैडम मैं सूट किन्ने ना लिया 10000 दा की फायदा 3000 च ला अच्छा मेरी गल सुनो ओ कुत्ते पिच पिच करदा जो मर्जी चलो लिया जल्दी करो लो ठीक है आउट आउट आउट
ਤੁਹਾਡੇ ਨਾਲ ਮਕਾਨ ਮੰਗ ਜਾ ਜੇ ਸਾਰੇ ਭਾਈ ਓ ਭਾਈ ਪੈਰ ਆਜ਼ਾਦ ਬਣਾਈ ਮੈਂ ਕਹਿੰਦਾ ਪਿਆਰਾ ਤੂੰ ਪੈਰ ਕੋ ਓਕੇ ਠੀਕ ਓਏ ਸੈਟ ਖੇਲ ਠੀਕ ਹੈ ਅੱਛਾ ਗੇਂਦ ਦੇ ਓ ਭਾਈ ਚੁਆ ਪੱਥਰ ਬੋਲਣਾ ਨਾ ਲਾਈ मैनू मैच फस गया आखरी ओवर दी आखरी गेंद एक गेंद ते दो रन चाहिए ने मैं गेंद करावा मैच बराबर होएगा दो पठे लाने चाहते हो फॉर्चूनर आवे गड्डी छे रन पठे लवो छेती मैच खेडो मेरे रन से चल गए हाँ, हाँ, हाँ। मैं गल सुनना हाँ जी सुनाओ
ਤੁਹਾਡੇ ਬਲਬ ਬਲ ਸਕਦੇ ਨੇ ਕਿਵੇਂ ਬਲਣਗੇ ਜਲਦੀ ਦੱਸ ਤੁਹਾਡੇ ਬਲਬ 100 ਵਾਰ ਦੇ 200 ਵਾਰ ਦੇ 200 ਵਾਰ ਦੇ ਝੂੜ ਮਾਰਦੀ ਝੂੜ ਮਾਰਦੀ ਹੈ ਕਿਉਂ ਐਪ ਛੱਡਣਾ 1000 ਵਾਰ ਦੇ ਓਏ ਬਲਬ ਨਹੀਂ ਹੂੰ ਹਾਂ ਐਲਦੀ ਨਹੀਂ ਜੀ ਸੱਚਾ ਕਿਵੇਂ ਨਾ ਇਹ ਨਾ ਤੁਹਾਡੇ ਬਲਬ ਨਹੀਂ ਬਲਦੇ ਨਹੀਂ ਬਲਦੇ ਕਿਵੇਂ ਦਿਨ ਹੋ ਗਿਆ ਬਲਬ ਨਹੀਂ ਬਲਣ ਦੇ ਆਪਣਾ ਬਲਬ ਫੜਾਓ ਫੜਾ ਇਹਨੂੰ ਨਾ ਫੜਾਇਆ ਜੀ ਕਿਉਂ ਇਹਦੀ ਅੰਮੀ ਨੇ ਫੜਾਇਆ 600 ਦੇ ਵੇਚ ਆਇਆ ਸੀ चमके मारते सही हो सकते ने पापड़ी चाट आए ना इन्हें को चेक कराओ अपने बल्ब ना चेक करा मूं ना चेक करता जी पापड़ी चाटे पापड़ी चाटे पापड़ी 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 चाटे 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 ਸੱਜੇ ਖੱਬੇ ਵਾਲੇ ਤੇ ਉੱਠਦੇ ਹੀ ਹੋਣੇ ਆ ਪੀਓ ਪੈਰ ਲਾ
ਯਾਰੀ ਟੁੱਟਦੀ ਹੈ ਤੇ ਟੁੱਟ ਜਾਵੇ ਇਹ ਮੈਂ ਨਹੀਂ ਪੀਂਦਾ। ਤੁਹਾਨੂੰ ਮੇਰੀ ਕਸਮ ਯਾਰ, ਕਸਮਾਂ ਨਾ ਪਾਓ, ਕਸਮਾਂ ਨਾ ਪਾਓ। ਮੈਨੂੰ ਇੰਜ ਨਹੀਂ ਪੀਣੀ, ਨਾਲ ਸੇਵੀਆਂ ਵੀ ਮਿਲਾਓ। ਸੇਵੀਆਂ ਅਸੀਂ ਨਹੀਂ ਪੀਤੀ, ਪੀਂਦੇ ਨੂੰ ਕਹਿੰਦੇ ਤੇ ਰਹੇ ਨਾ। ਚਿਪਸ ਮੰਗਾਓ ਲੇਜ਼ ਵਾਲਿਆਂ ਦੀ ਮਹਿੰਗੀ। ਹਾਂਜੀ ਓਏ ਬਾਬਲ, ਤੁਹਾਡੇ ਚ ਬੈਠਾ ਹੈ, ਰੋਟੀ ਲੈ ਕੇ ਆਏ, ਤੁਸੀਂ ਪੀਓ। ਹੈਲੋ, ਜੋ ਹੈ ਸੀ ਨਾ ਮੈਂ ਲੈ, ਤੁਸੀਂ ਜਾਓ ਅੰਦਰ। ਅੰਦਰ? ਹਾਂ ਅੰਦਰ ਜਾਓ ਤੇ ਫੇਰ ਨਾ ਆਓ। ਕਿਉਂ ਨਾ ਆਓ? ਅੱਗੇ ਬਾਹਰ ਆਏ ਹੋ ਤੇ ਤੁਹਾਡੇ ਮਾਂ ਪਿਓ ਨੂੰ ਮਠਿਆਈ ਪਈ ਸੀ। ਅੱਛਾ, ਹੁਣ ਬੜ ਜਾਓ ਜਿੱਥੋਂ ਨਿਕਲੇ ਹੋ। ਸੇਫ ਟੂ ਯੂ। ਉਹ ਕੀ ਹੁੰਦਾ, ਅਸੀਂ ਮਲੰਗ, ਸਾਨੂੰ ਜਾਣੇ ਜੁੱਤੀ ਇੰਗਲਿਸ਼ ਕੀ ਹੈ, ਅਸੀਂ ਪੰਜਾਬੀ, ਪੰਜਾਬ ਦਾ ਰਹਿਣ ਵਾਲੇ, ਅਸੀਂ ਤੇ ਇਹ ਜਾਣਦੇ ਹਾਂ ਅਸਲਾਮੁ ਅਲੈਕੁਮ ਕੀ ਹਾਲ ਹੈ ਯਾਰ। ਅੱਛਾ, ਅੱਲਾ ਅੱਲਾ ਕਰਕੇ ਵਿਆਹ ਹੋਇਆ, ਸੁਹਾਗ ਰਾਤ
जनानी दे कोल गया ते जनानी ने नू गाना सुनाया केड़ा हम नहीं रहना वो तेरे दिल में उतरना है वो जो प्यार में होता है आज वही करना है साला बेड तो थले उतर के ओदे पैरां च बैठ के टांग गया सी मेरे हालात ऐसे है कि मैं तो बढ़िया गल्ला करने ला असी जनाजे नू मोड़ा देना वे ਤੂੰ ਬੜੀਆਂ ਗੱਲਾਂ ਕਰਨ ਡਿਆ ਇਹ ਵੀ ਡਰਾਮੇ ਸੱਖੀ ਭੈਣ ਦਾ ਵਿਆਹ ਦਰੋਈ ਜਾਵੇ ਮੈਂ ਕਿਹਾ ਟੂਟੀ ਤੋਂ ਕਿਉਂ ਰਾਉਂਦੇ ਕਹਿੰਦਾ ਬੜਵਈਆ ਪਠਾਣ ਨਿਕਲ ਆਇਆ ਸੋਚ ਰਿਆਂ ਭੈਣ ਨੂੰ ਭੇਜਾਂਗੇ ਆਪ ਜਾਵਾਂਗੇ ਪੁੱਤਰ ਮੈਂ ਵੀ ਵਿਸਵਾਗਣਾ ਤੋਂ ਹੀ ਫਿਰ ਇਹਨੇ ਵੀ ਰੋਲਾ ਪਾਤਾ ਹਾਏ ਮੈਂ ਮਰ ਗਈ ਇਹਦੇ ਬੰਦੇ ਨੇ ਪਾਲ ਕੇ ਗਿਆ ਵੇਖੀ ਨਹੀਂ ਤਾਕਤਾਂ ਦੀ ਨਾ ਉਹਨੂੰ ਕਹਿੰਦੀ ਤੂੰ ਰਾਹ ਭੁੱਲ ਗਿਆ ਕੱਲ ਚੌਕ ਚ ਕੁੜੀ ਨੂੰ ਛੇੜਨ ਡਿਆ ਉਹ ਕੁੜੀ ਅੱਗੋਂ ਕਹਿੰਦੀ ਨਾ ਵੇ ਭਰਾਵਾ ਮੇਰਾ ਬੰਦਾ ਬੜਾ ਸਖਤ ਹੈ ਆਪ ਅੱਗੋਂ ਨੂੰ ਕਹਿੰਦਾ ਕੀ ਹੋਇਆ ਸਾਡੇ ਚ ਵੀ ਤੇ ਤੇਰੇ ਬੰਦੇ ਵਾਲੇ ਫੰਕਸ਼ਨ ਹੈ ਉਹ ਕੁੜੀ ਅੱਗੋਂ ਕਹਿੰਦੀ ਹੈ ਤੂੰ ਵੀ ਖੁਸ਼ ਰਹੀ ਹੈ ਪੁੱਤਰੇ ਤੇ ਬੜੀਆਂ ਵੱਧ ਵੱਧ ਗੱਲਾਂ ਕਰਦੇ ਡਰਾਮੇ ਤਾਂ ਪਹਿਲਾਂ ਬੜੀ ਵੱਡੀ ਜੇਬ ਕਤਰੀ ਸੀ ਅੱਛਾ ਹਰ ਬੰਦੇ ਦੀ ਜੇਬ ਕੱਢਦੀ ਸੀ ਇੱਕ ਦਿਨ ਬੰਦੇ ਨੇ ਜ਼ਿੱਪ ਲਵਾਈ ਤੇ ਸ਼ਲਵਾਰ ਨੂੰ ਕੱਪੜਾ ਲਵਾਏ ਕੋਲ ਹਾਏ ਇਹਨੇ ਇੰਜ ਕਰਕੇ ਹੱਥ ਪਾਇਆ ਤੇ ਹੱਥ ਬਾਹਰ ਕੱਢ ਲਿਆ ਉਹ ਕਿਉਂ ਆਂਦੀ ਹਜ਼ਾਰ ਦੇ ਨੋਟ ਤੇ ਐਡੀ ਟੋਪੀ ਹੁੰਦੀ ਨਹੀਂ ਉਹ ਆਂਦਾ ਟੋਪੀ ਨੂੰ ਯਾਰਾਂ ਦੋਸਤਾਂ ਨਾਲ ਮੈਚ ਨਹਾਣ ਗਿਆ ਅੱਛਾ ਨਹਾਉਂਦੇ ਨਹਾਉਂਦੇ ਦਿਲ ਕੀਤਾ ਪਾਣੀ ਪੀ ਲਵਾ ਪਾਣੀ ਪੀਂਦਾ ਤੇ ਸਾਪੇ ਦੇ ਅੰਦਰ ਟੁਰ ਗਿਆ ਬਾਹਰ ਨਿਕਲ ਕੇ ਜੋਗੀ ਨੂੰ ਸਾਥ ਕੇ ਕਹਿੰਦਾ ਮੇਰਾ ਸਾਪੀ ਕਰ ਦੇ ਜੋਗੀ ਕੁਝਾਂ ਵਾਲੇ ਦਾ ਰਹਿਣ ਵਾਲਾ ਸੀ ਦੁਨੇ ਦਾ ਕੰਧ ਵਾਲੇ ਪਾਸੇ ਮੂੰਹ ਫਰਾ ਦਿੱਤਾ ਬਸ ਫਿਰ ਸਭ ਕਦੀ ਅੰਦਰ ਜਾਵੇ ਕਦੀ ਬਾਹਰ ਆਵੇ ਕਦੀ ਅੰਦਰ ਜਾਵੇ ਕਦੀ ਬਾਹਰ ਆਵੇ ਬਸ ਆ ਪਰਤ ਕੇ ਜੋਗੀ ਨੂੰ 500 ਦਾ ਨੋਟ ਦੇ ਕੇ ਕਹਿੰਦਾ ਵੀ ਮਜ਼ਾ ਆਉਣ ਡਿਆ ਸਾਪ ਕੱਢਣਾ ਕੋਈ ਨਹੀਂ ਬਸ ਆਂਦਾ ਜਾਂਦਾ ਰਵੇ ਉਹ ਜੀ ਉਹਨੇ ਮੇਰੀ ਘਰ ਕਰਤੀ ਹੈ ਤੂੰ ਸਾਪ ਤੂੰ ਵੀ तेन पता पैडल ने शराब पीती होंगी फट के झोली च बहा लेते उह के लॉन्सपिट बड़ी सोहनी कर दी नाज़रीन इस वक्त हम 11,000 बुलंदी पर और 6 इंच नीचे है बड़े परेशान आ गए तुसी परेशानी एक बन गई है करिए परेशानी मैं फटाफट दस बंदे एक निर्धारण 5,000 लिया वापस नहीं कर रहे कि 5,000 साले पूरी फैमिली तेरी 3,500 का पट्ठे लेके आया था अन्नी मार लिया 5,000 एक रकम होंगी है तेनू कि पता छोड़ ली ਅਸਲਾਮ ਵਾਲਾਕਮ ਵਾਲਾਕਮ ਅਪੋ ਰਿਆ ਹਾਂ ਪੈਸੇ ਦੇ
ਬਾਹਰ ਬੈਲ ਲੱਗੀ ਹੈ ਲੱਗੀ ਹੈ ਤੇ ਬੈਲ ਖੜਕਾ ਕੇ ਆ ਕਈ ਇਹਨਾਂ ਦਾ ਘਰ ਤੇਰੀ ਭੈਣ ਕੱਢਾ ਮੈਂ ਤੇਰੀ ਆ ਪੈਸੇ ਕੱਢ ਕਿੰਨੇ ਦੇ ਨੇ ਤੇਰੇ 500 ਮੈਂ ਤੇ ਭਾਈ ਕਦੋਂ ਦਾ ਸਾਨੂੰ ਲੈ ਲੱਭਣ ਦੇ ਆ ਫੜ ਓਏ ਫੜ ਬਾਰੀ ਦੇ ਕੀ ਕਹੀ ਵਾਰੀ ਦੇ ਅਸੀਂ ਗੁਜਰਾ ਵਾਲੇ ਦੇ ਵਾਰੀ ਮਿਲ ਲੈਂਦੇ ਆ ਤੇ ਇਹਨਾਂ ਨੂੰ ਤੇ ਕੋਨੀ ਚਲਾਓ ਨਹੀਂ ਮਾਰਾ ਤੇਰਾ ਕੀ ਜਾਣਦੇ ਸਖਸੈਨਾ ਹਮ ਤੁਮਸੇ ਕਿੰਨਾ ਪ੍ਰੇਮ ਕਰਤੇ ਹੈ ਸਭ ਕੁਝ ਭੁੱਲ ਗਏ ਬਚਪਨ ਮੇ ਕੀ ਹੋਏ ਵੋ ਵਾਦੇ ਵੋ ਯਾਦੇ ਵੋ ਕਸਮੇ ਕੁਝ ਵੀ ਤੋ ਯਾਦ ਨਹੀਂ ਤੁਮੇ ਅਰੇ ਤੁਮੇ ਤੋ ਇਤਨਾ ਵੀ ਨਹੀਂ ਯਾਦ ਕਿ ਬਚਪਨ ਸੇ ਲੇਕਰ ਆਜ ਤੱਕ ਸਿਰਫ ਤੁਹਾਰੇ ਖਵਾਬ ਦੇਖੇ ਸਿਰਫ ਤੁਮੇ ਅਪਣਾ ਬਣਾਨੇ ਕੇ ਬਾਰੇ ਮੇ ਸੋਚਾ ਲੇਕਿਨ ਤੁਮਨੇ ਜਬ ਵੀ ਦੇਖਾ ਮੁਝੇ ਇਨਾ ਪ੍ਰਤੀ ਨਿਗਾਹ ਸੇ ਦੇਖਾ ਆਜ ਵਾਸ਼ਰਾ ਤੁਹਾਰੇ ਸਾਹਮਣੇ ਹੈ ਸਖਸੈਨਾ ਇਸ ਵਾਸ਼ਰ ਕੇ ਸਾਹਮਣੇ ਪਿਆਰ ਕੀ ਹਾਮੀ ਕਿਉਂ ਨਹੀਂ ਭਰਤੇ ਅਰੇ ਮੈਂ ਕੁਝ ਕਾ ਕੁਝ ਮੇ ਸਾ ਕਿਆ ਹੈ ਜੋ ਮੁਝੇ ਛੋੜ ਕਰ ਤੁਮ ਰਾਮਨਾਥ ਕੀ ਬੇਟੀ ਪਾਰੋ ਸੇ ਪਿਆਰ ਕਰਨੇ ਲੱਗੇ ਹਮ ਤੁਹਾਰੇ ਕੇ ਹਾਥ ਜੋੜ ਕਰ ਬੇਨਤੀ ਕਰਤੇ ਹੈ ਭਗਵਾਨ ਕੇ ਲਈ ਹਾਮੀ ਛੋੜ ਕਰ ਮਤ ਜਾਣਾ ਵਰਨਾ ਹਮ ਤੁਹਾਰੇ ਬਿਨਾ ਜ਼ਿੰਦਾ ਨਹੀਂ ਰਹਿ ਸਕਦੇ ਉਹ ਤਾਲੀਆਂ ਮਾਰੇ ਉਹ ਭਾਈ ਇਸੇ ਸਮਝਾਈਏ ਨਾ ਪਿਤਾ ਜੀ ਉਹ ਬਾ ਤੇਰੀ ਭਾਣ ਦੇ ਨਾਲੇ ਨੀ ਮਾਰੀਆ ਬੱਚੀਆਂ ਨੀ ਉਹ ਪਿਤਾ ਜੀ ਉਹ ਮੇਰਾ ਸੋਹਣਾ ਬਾਸ਼ੀ ਨੀ ਮਾਰੀ ਬੱਚੀ ਮੈਂ ਜਲਦੀ ਭਲੀ ਕਲੈਬ ਤੋਂ ਆਈਏ ਤੇ ਮੈਨੂੰ ਆਂਦੀ ਪਿਤਾ ਜੀ ਮੈਂ ਪਿਤਾ ਜੀ ਹਲੋ ਕੀ ਹੈ ਗੁੱਸਾ ਮਤ ਕਰੋ ਅਭਿਨੰਦਨ ਹਲੋ ਉਹ ਸਾਲ ਗਏ ਅਭਿਨੰਦਨ ਨੀ ਮਾਰੀਆ ਮੇਰੀਆਂ ਏਡੀਆਂ ਮੁੱਛਾਂ ਵੇਲੀਆਂ ਹੱਥ ਚ ਚਾਹ ਦਾ ਕੱਪ ਵੇਖ ਲੈ मेरी बात को समझने की कोशिश करो पांडे याद करो क्या कल एक हिंदू बंदे ने तुम्हारी बहन से कहा क्षमा कर दो तुम्हारी बहन ने हाथ में पकड़कर लम्मा कर दिया मैडम वैसे तुसी है हराम नहीं हो तो किसानी खूब पैर कट रहे ਵਾਡੀ ਭੈਣ ਕੱਢਾ ਬੰਦੇ ਮੱਥੇ ਲਾਲ ਔਰਤ ਪੁਆਤੀ ਜੇ ਮੈਨੂੰ ਰੋ ਵੀ ਪੰਜ ਉਹ ਬਹੁਤ ਸਾਰੀ ਈ ਗੰਗੂ ਕਾਲ ਕਰ ਐਸੀ ਬਾਤੇ ਮਤ ਕਰੋ ਓਮ ਓਮ ਓ ਭਾਈ ਚੋਮ ਕੌਣ ਹੈ ਤੂੰ ਕਿੰਨੂੰ ਮਿਲਣਾ ਹੈ ਇਸੇ ਸਮਝਾਓ ਭਵੇਸ਼ਪੁਰੀ ਰਾਦਾ ਕਿਆ ਯਾਦ ਕਰੋ ਉਹ ਹੋਲੀ ਕੀ ਰਾਤ ਕੌਣ ਸੀ ਜਦ ਮੰਦਰ ਕੇ ਪਿਛਵਾੜੇ ਕਹਿ ਰਹੀ ਕਿਆ ਹੋਲੀ 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 ये क्या कर रहा है रातेश तेरे सामने तारा सोते ही याद करो रातेश याद करो वो विधवा मंदिर हाँ। जिसके पीछे मेरे पिताजी ने तुम्हारी माता के साथ कुरलन चपन चपीत कलोरो किया ये उसी गलती का नतीजा है बस नहीं रहेंगे हम तुम्हारे साथ पैर कटा लगी कटा लगी नहीं पता मैं तुम्हारे साथ नहीं रहूंगी क्यों अरे हम तो तुम्हारे साथ विवाह भी नहीं करना चाहते थे हमारे माता पिता ने हमें रोका भी था कि उससे विवाह मत करना लेकिन हमारी हिम्मत मारी गई थी जब तुमसे विवाह करना थे खुद ही बताओ इतनी कम तनख्वाह में पत्नी कैसे गुजारा कर सकती है तलाक दे दो हमें उठाओ अपना हराम का पिल्ला और दबा ਬਸ਼ੀਰੀਆ
चौरी ठेकर आ तेरा लग गया ना एक चक्कर इधर दा, तू वापस ना आ ले।
ਸਾਡਾ ਗੁਜਰਾ ਦਾ ਕੀ ਏ ਇਹ ਕੁੱਕੜੀ ਗਾਂਡਾ ਨਾ ਦਵੇ ਅਗਲੇ ਤੀਂਦੇ ਮਾਰਦੇ ਸ਼ੁਰੂ ਕਰ ਦਿੰਦੇ ਆ ਘੋੜੀ ਦਾ ਅੱਛਾ ਮੇਰੇ ਘਰ
रिश्ते लाना है थे रिश्ता गले कराने मिलू एडी उची बोलन में मैं खेती खलोता है और प्यो तेरा ओ हां क्या किया मैं चलो पिछो कर लेने क्या कर बनाने दे मैं पापा नहीं हूं वेखना मैं तेनु भी रगड़ता नहीं मैनू की मैं सिर्फ 20 मिनट दिते नहीं खलो जाए मैं फुफा भी नहीं हूं वेखनी जिन्ने मर्जी बैल सट दे मामा वो अपने लो साली कतरीना के मामा कल वेखो नहीं फन है छा मामा ए तेरा पुत्र ही नहीं कुत्ता ना पुत्र ही कोई रोटी कोई पानी इन्हों ने घर आए कोई खुआ नहीं दे बस आड़े लाके खाने आप खाता ये खाने पके ने साडे घर की पका हां तकिया कर मोट बंद कर ओए कर ए पकाई आ मेरे ओ ए खाता जे खा रहे हो तू इथे आ मेरे से दे चलिए आ ए ना मैं जाकर पका ओए आपा हणी ओ फिर मोल लोक खाना बंदर होता अपने मन पूरे नहीं ठीक है भाई रिश्ता लाला भाई कुड़ी किथे बुलाओ नु रिश्ता ला ले तू ये छोटा है मेरे नाल सो रही आज आज वे देखी अब्बा पीके रंग मरीद हुंदा मेरा पहनोई आया ओ सुना भाई अपना ममदली अल्लाह दा शुक्र दुआवां दा मैं आया वा हाली आण के खलोते ही आ अब्बा हुणे आया किसे दे लखते जिगर नु मिलन दे आ किसे ओ बाबा अपने नु ओ सुना की हालत भी ठीक है मेरा पुत्र भी जवान हो गया ते तुहाडी धी भी जवान यार मैं अपने वादे ते कायम हां मेरी जान ते चंद शर्तां ने मेरिया मैं ना तुसी बरात लियाओ तियां ने ना तियां धन भराया हुंदिया ने ए पावर जेड़े हुंदे ने ना मापे हुंदे ने ए तियां जम के सिर्फ पालन दे चोर हुंदे ने ए निक्कियां निक्कियां चिड़ियां हुंदियां ने ज्यों ज्यों दिन गुजरदे जांदे ने चिड़ियां वड्डियां हुंदियां जांदियां फिर एक दिन आउंदा ए उडारी मार के मापियां दा घर छड्ड के ते ससुराल वालियां दे घर चले जांदा मैं वादा किया शादियां बरात ला के आओ ते मैं अपनी बच्चियां नु डोली च पा बरात आ जांदी है अच्छा मेरी गल सुनो सुनाओ छोटे छोटे हुंदा ते रिश्ते तय होए जी जी ठीक है तुहाडी धी सी मेरा पुत्र सी जी जी ठीक है ਉਹਨਾਂ ਦੇ ਰਿਸ਼ਤੇ ਤੈਅ ਕੀਤੇ ਨੇ ਤਾਂ ਹੁਣ ਸ਼ਾਦੀਆਂ ਕਰਨ ਦਾ ਵੇਲਾ ਆ ਗਿਆ ਤੁਹਾਨੂੰ ਹੁਣ ਜਹੇਦ ਵੀ ਚਾਹੀਦਾ ਕਾਰ ਵੀ ਚਾਹੀਦੀ ਹੈ ਫਰਿੱਜ ਵੀ ਚਾਹੀਦੇ ਆ ਫਰਨੀਚਰ ਵੀ ਚਾਹੀਦਾ ਵਾਸ਼ਿੰਗ ਮਸ਼ੀਨਾਂ ਵੀ ਪੂਰਾ ਜਹੇਦ ਸਾਨੂੰ ਚਾਹੀਦਾ ਤੇ ਮੇਰੇ ਪੁੱਤਰ ਨੂੰ ਵੀਜ਼ਾ ਵੀ ਚਾਹੀਦਾ ਦੁਬਈ ਦਾ ਤੇ ਵੀਜ਼ਾ ਵੀ ਸਾਨੂੰ ਚਾਹੀਦਾ ਇੱਕ ਚੀਜ਼ ਵੀ ਘੱਟ ਹੋਣੀ ਚਾਹੀਦੀ ਮੇਰੀਆਂ ਧੀਆਂ ਨਾਲ ਸ਼ਾਦੀ ਕਰਨ ਲੱਗਿਓ ਜਾਂ ਇਹਨਾਂ ਚੀਜ਼ਾਂ ਨਾਲ ਸ਼ਾਦੀ ਕਰਨ ਲੱਗਿਓ ਓਏ ਲਾਲਚੀ ਹੋ ਤੁਸੀਂ ਤੇ ਇਹ ਨਹੀਂ ਜੇ ਸੋਚਿਆ ਕਿ ਜਿਹੜਾ ਬਾਬਲ ਆਪਣਾ ਜਿਗਰ ਦਾ ਟੁਕੜਾ ਤੁਹਾਡੀਆਂ ਝੋਲੀਆਂ 'ਚ ਪਾ ਦਿੰਦਾ ਪਿੱਛੇ ਕੁਛ ਜਾ ਰਹਿ ਜਾਂਦੀ ਸਿਰਫ ਤੁਸੀਂ ਲਾਲਚ ਕਰ ਰਹੇ ਹੋ ਹਰ ਬੰਦਾ ਲਾਲਚ ਕਰ ਰਿਹਾ ਉਹ ਜੇ ਗਰੀਬਾਂ ਦੀਆਂ ਧੀਆਂ ਘਰ ਦੇ ਜਿਸ ਬਾਬਲ ਦੇ ਕੋਲ ਕੋਈ ਚੀਜ਼ ਨਹੀਂ ਹੁੰਦੀ ਤੁਹਾਡੇ ਵਰਗੇ ਲਾਲਚੀ ਇਹ ਚੀਜ਼ਾਂ ਮੰਗਣਾ ਨੂੰ ਨਾ ਦੇ ਸਕੇ ਉਹਦੀ ਧੀ ਸੁਆ ਜੋੜਾ ਪਾਉਣ ਦੀ ਬਜਾਏ ਸਫੈਦ ਜੋੜਾ ਪਾ ਕੇ ਘਰ ਦੇ ਵਿੱਚੋਂ ਵਿੰਦਿਆ ਹੋਵੇ ਤੇ ਉਸ ਬਾਬਲ ਤੇ ਕਿਹੜੀ ਕਿਆਮਤ ਟੁੱਟੇਗੀ ਕਿਹੜੀ ਟੁੱਟੇਗੀ ਓਏ ਲਾਲਚ ਦੀ ਦੋਜ਼ਖ ਕਿਚੋਂ ਬਾਹਰ ਨਿਕਲੋ ਬਾਹਰ ਨਿਕਲੋ ਲਾਲਚ ਦੀ ਦੋਜ਼ਖ ਕਿਚੋਂ ਕਾਰ ਚਾਹੀਦੀ ਕੋਠੀ ਚਾਹੀਦੀ ਬੰਗਲਾ ਚਾਹੀਦਾ ਤੈਨੂੰ ਪੁੱਤਰ ਲਈ ਵੀਜ਼ਾ ਚਾਹੀਦਾ ਮੈਂ ਤੇ ਆਪਣੀਆਂ ਧੀਆਂ ਤੁਹਾਡੀ ਝੋਲੀਆਂ 'ਚ ਪਾ ਰਿਹਾ ਸ਼ਾਇਦ ਤੁਹਾਨੂੰ ਕੀ ਪਤਾ ਕਿ ਧੀਆਂ ਕਿੰਨੇ ਅਨਮੋਲ ਹੀਰੇ ਹੁੰਦੀਆਂ ਨੇ ਉਹ ਜਿਸ ਵਿਹੜੇ ਦੇ ਵਿੱਚ ਧੀ ਰਾਣੀ ਨਾ ਹੋਵੇ ਉਸ ਵਿਹੜੇ 'ਚ ਰੱਬ ਦੀ ਰਹਿਮਤ ਹੀ ਨਹੀਂ ਹੁੰਦੀ ਸੋਹਣਾ ਰੱਬ ਵੀ ਬਾਰ ਬਾਰ ਰਹਿਮਤ ਦੇ ਫਰਿਸ਼ਤੇ ਨੂੰ ਭੇਜਦਾ ਜਾਂ ਮੇਰੀ ਭੇਜੀ ਹੋਈ ਰਹਿਮਤ ਨੂੰ ਵੇਖ ਕੇ ਆਓ ਖੁਸ਼ੀ ਵੀ ਆ ਲੱਗੇ ਧੋਖੇ 'ਚ ਲੱਗੇ ਤੁਸੀਂ ਤਾਂ ਲਾਲਚੀ ਹੋ ਜੇ ਮੇਰੀ ਜਗ੍ਹਾ ਤੁਸੀਂ ਹੁੰਦੇ ਤਾਂ ਤੁਸੀਂ ਕੀ ਕਰਦੇ ਰੱਬ ਦਾ ਵਾਸਤਾ ਜੇ ਜਹੇਜ਼ ਦਾ ਖੇੜਾ ਛੱਡਦੇ ਹੋ ਯਾਰ ਇਸ ਜਹੇਜ਼ ਦਾ ਖੇੜਾ ਛੱਡਦੇ ਹੋ ਲਾਲਚ ਦਾ ਖੇੜਾ ਛੱਡਦੇ ਹੋ ਲਾਲਚ ਦੀ ਦੋਜ਼ਖ ਦੇ ਵਿੱਚ ਬੰਦਾ ਜਦੋਂ ਦਾਖਲ ਹੋ ਜਾਂਦਾ ਓਏ ਉਹ ਨੀਵਾ ਨੀਵਾ ਚਲਾ ਜਾਂਦਾ ਹੈ ਬਾਹਰ ਨਹੀਂ ਆਉਂਦਾ ਇਹ ਲਾਲਚ ਛੱਡ ਦਿਓ ਰੱਬ ਦਾ ਵਾਸਤਾ ਜੇ ਲਾਲਚ ਛੱਡ ਦਿਓ ਲਾਲਾ ਤੇਰੀਆਂ ਗੱਲਾਂ ਨੇ ਮੇਰੇ ਨਾਲ ਸੁੱਤਾ ਜਾਂ ਜ਼ਮੀਰ ਜਗਾ ਦਿੱਤਾ ਵੇ ਤੇ ਰੱਬ ਦਾ ਵਾਸਤਾ ਮੈਨੂੰ ਮਾਫ਼ ਕਰ ਦੇ ਖੁਦਾ ਦਾ ਵਾਸਤਾ ਮੈਨੂੰ ਮਾਫ਼ ਕਰ ਦੇ ਮੈਨੂੰ ਮਾਫ਼ ਕਰ ਦੇ ਮੂਵੀ ਪਾ ਚਲੋ ਉਠੋ ਦਾ
शुक्र इन्हों की अखा खुल गई। शुक्र का मैं देखो नहीं खोल। अच्छा भाई मैं हूं तुम राजी हो? बिलकुल। कोई दुबई का वीजा नहीं? नहीं कोई चीज। लेकिन तुम लालच की दोजक चो निकल आए, मैं थोड़े तो पुत्र बाहर खड़ा। दफ्तर लगी मुंडा मरना प्यो तेरा प्यो मैं सके नहीं मरता तेन कितों मरना। अच्छा हाँ
ठीक ने अपनी कड़ा के टूट टूट जाते जंगल जंगल शेर आ गया फिर मनाएगा मैं वेखांगा क्योंकि सब दाया शेर दा नहीं आया तेन कहानी सुनावा सुना एक हुंदी है चिड़ी एक हुंदा है कां फिर ते दोवें लभदे फिरदे ने थां फिर चिड़ी अपनी पतीली हुंदी फिर ते कां अपना चोल फिर कहिंदे गल कदी पतीली च अपना चोल पांदा हां 5 मिंट बाद ते लिखदे फिरदे लगदा क्यों आ क्यों पोता पै जांदा क्यों पोता पै जांदा थिंदा हो जांदा लै क्यों ज्यादा नहीं पाना चाहिदा मेदे वास्ते नुकसान हां नहीं अबे तेनु किड्डी सोहनी पैंट लगन दी कसमे अच्छा। हर जगह तो फिटिंग बेहतरीन अबे साडे मुंडिया नु टेंशन आ मुश्किल जिथे कोटे नु छापा पिया पैंट पाई जेब बंद कीती ते भज गई साडे मुंडिया नु बड़ियां प्रॉब्लम है केड़ियां पैंट पाई जेब बंद कीती उई की होया ते चंगूठा आई जांदा ते किन्ने आख्या दे शहजादी हां मैं ते ना प्यार जरूर करागा लेकिन मनु पहले मिनट में शौक भुल लंदे नहीं वेख तू अपने पहले प्यार तेरे ने तेनु धोखा दिता ओदी वजह तू मेनु सजा ना दे और दूजे ने भी धोखा ही देना चल मैं इने प्यार करदा मैं नहीं जाना दूजा धोखा शोखा नहीं देंदा देंदा धोखा सब कुछ देंदा वेख ला आज मैं तेरे पीछे आई हां ना कल तू मेरे पीछे जलील हो आ कोई नहीं पीछे पूछन निकले तो चल चल निकल जा आगे पता नहीं ते फकीर कित्थों आ गया सी चंगा भला मेरा मूड खराब करके टूट गया ਕਿ ਸਾਡੇ ਮਾਲਕ ਸ਼ਕੀਲ ਸਾਹਿਬ ਜੀ ਹਰ ਵੇਲੇ ਨਸ਼ਾ ਕਰਦੇ ਰਹਿੰਦੇ ਨੇ ਕਰੋੜਾਂ ਦੀ ਜਾਇਦਾਦ ਤੇ ਗੱਡੀਆਂ ਬੰਗਲਾ ਬੜਾ ਕੁਝ ਇਹਨਾਂ ਦੇ ਕੋਲ ਲੇਕਿਨ ਇਹਨਾਂ ਨੂੰ ਵੇਖੋਗੇ ਤਾਂ ਲੱਗਦਾ ਨਹੀਂ ਲੇਕਿਨ ਬੜੇ ਬਹੁਤ ਅਮੀਰ ਆਦਮੀ ਨੇ ਤੇ ਹੁਣ ਅਸੀਂ ਵੇਖਣਾ ਹੈ ਵੇ ਕਿ ਇਹ ਜਿਹੜੇ ਨੇ ਸ਼ਰਾਬ ਕਿਉਂ ਪੀਂਦੇ ਨੇ ਇਹਦੀ ਹਕੀਕਤ ਜਾਣਨੀ ਹੈ ਕਿ ਜਿਹੜੇ ਬਾਊ ਸ਼ਕੀਲ ਨੇ ਏਡੇ ਵੱਡੇ ਸ਼ਰਾਬੀ ਇਹ ਕਿੰਜ ਬਣੇ ਨੇ ਆ ਜਾ ਫਿਰ ਮੈਨੂੰ ਫੜ ਲਿਆ ਫਿਰ ਆ ਗਏ ਲੈ ਉਹ बस थोड़ा जा दूर रह मतलब शराब छड़नी पैनी है शराब भी छड़नी पैनी है हर पूरा काम भी छड़ना पैना क्योंकि मैं तुहाडा दोस्त हां शराब ने हराम करार दिता सी हराम नू गले नाल ला के तू हलाल नू छड़दा रहया कागला हलाल नू छड़दा